PSPCL ਵੱਲੋਂ ਆਈ ਵੱਡੀ ਅਪਡੇਟ। ਜੇਕਰ ਤੁਹਾਡਾ ਵੀ ਮੀਟਰ ਲੱਗਿਆ ਹੋਇਆ ਬੁਕਸ ਦੇ ਵਿੱਚ ਤਾਂ ਕਿਹੜੇ ਕਿਹੜੇ ਜ਼ਰੂਰੀ ਕੰਮ ਨੇ ਜਿਹੜੇ ਕਿ ਤੁਹਾਨੂੰ ਕਰਨੇ ਚਾਹੀਦੇ ਨੇ, ਹਰੇਕ ਘਰ ਦੇ ਲਈ ਜ਼ਰੂਰੀ ਹੋ ਗਿਆ। ਪੂਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਜੀ। PSPCL ਦੇ ਸੰਬੰਧੀ ਹੋਰ ਵੀਡੀਓ ਦੀ ਜਾਣਕਾਰੀ ਲਈ ਚੈਨਲ ਨਾਲ ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਅੱਜ ਦੀ ਵੀਡੀਓ ਵਿੱਚ ਅਸੀਂ ਇਸ ਟੌਪਿਕ ਨੂੰ ਕੰਪਲੀਟ ਜਿਹੜਾ ਹੈ ਕਵਰ ਕਰਨ ਜਾਵਾਂਗੇ। ਤੁਹਾਨੂੰ ਦੱਸ ਦਈਏ ਕਿ PSPCL ਵੱਲੋਂ ਕੁਛ ਨਵੀਆਂ ਹਦਾਇਤਾਂ ਵੀ ਆਈਆਂ ਨੇ, ਕੁਛ ਨਵੇਂ ਅਪਡੇਟਸ ਆਏ ਨੇ। ਮੀਟਰ ਰੀਡਿੰਗ ਕਰਨ ਜਿਹੜੇ ਆ ਰਹੇ ਵਿਅਕਤੀ ਉਹ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਸੁਝਾਅ ਦੇ ਰਹੇ ਹੈਗੇ ਨੇ। ਜੇਕਰ ਤੁਹਾਨੂੰ ਅਜੇ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮੀਟਰ ਰੀਡਿੰਗ ਵਾਲੇ ਕੋਲ ਸੁਝਾਅ ਨਹੀਂ ਮਿਲਿਆ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲੈਣਾ, ਕਿਉਂਕਿ ਇਸ ਵੀਡੀਓ ਵਿੱਚ ਜੋ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਹੋ ਸਕਦਾ ਕਿ ਤੁਹਾਨੂੰ ਵੀ ਇਹ ਜਾਣਕਾਰੀ ਜਿਹੜੀ ਆ PSPCL ਦਾ ਜੋ ਵਿਅਕਤੀ ਮੀਟਰ ਰੀਡਿੰਗ ਕਰਨਾ ਆਉਂਦਾ ਹੈਗਾ ਉਹ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਦੇਵੇ। ਪਰ ਉਸ ਤੋਂ ਪਹਿਲਾਂ ਜੇਕਰ ਤੁਹਾਨੂੰ ਇਹ ਜਾਣਕਾਰੀ ਹੋਵੇਗੀ ਤਾਂ ਹੋ ਸਕਦਾ ਕਿ ਤੁਹਾਡਾ 5000 ਤੋਂ 10000 ਰੁਪਏ ਤੱਕ ਪੈਸੇ ਜਿਹੜੇ ਤੁਹਾਡੇ ਬਚ ਸਕਣ। ਤੁਹਾਨੂੰ ਕਿਸੇ ਵੀ ਤਰ੍ਹਾਂ ਦਾ PSPCL ਦੇ ਡਿਪਾਰਟਮੈਂਟ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੁਰਮਾਨਾ ਨਾ ਪੈ ਸਕੇ। ਸੋ ਜੇਕਰ ਤੁਸੀਂ ਡੇਰਿਆਂ ਵਿੱਚ ਰਹਿ ਰਹੇ ਹੋ ਜਾਂ ਫਿਰ ਪਿੰਡਾਂ ਵਿੱਚ ਰਹਿ ਰਹੇ ਹੈਗੇ ਹੋ, ਠੀਕ ਹੈ ਜੀ, ਅਤੇ ਕਈ ਤੁਸੀਂ ਦੇਖਿਆ ਹੋਵੇਗਾ ਕਿ ਜਿਵੇਂ ਕਿ ਇਹ ਬਕਸਾ ਲੱਗਿਆ ਹੋਇਆ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੈਗੇ ਹੋ, ਜਿਹਦੇ ਵਿੱਚ ਮਿਨੀਮਮ 15 ਤੋਂ ਲੈ ਕੇ 20 ਮੀਟਰ ਜਿਹੜੇ ਨੇ ਲਾਗੇ ਲਾਗੇ ਇੱਕ ਚੌਂਕ ਦੇ ਜਿੰਨੇ ਵੀ ਘਰ ਹੈਗੇ ਨੇ ਇੱਕ ਲਾਈਨ ਦੇ ਵਿੱਚ, ਉਹਨਾਂ ਘਰਾਂ ਦੇ ਮੀਟਰ ਜਿਹੜੇ ਨੇ ਉਹ ਇੱਕ ਇਸ ਬੋਕਸ ਦੇ ਵਿੱਚ ਲਗਾਏ ਜਾਂਦੇ ਨੇ। ਇਸ ਬੋਕਸ ਦੇ ਵਿੱਚ ਜਿਹੜੇ ਵੀ ਵਿਅਕਤੀਆਂ ਦੇ ਮੀਟਰ ਜਿਹੜੇ ਨੇ ਸੈਟਅਪ ਕੀਤੇ ਹੋਏ ਨੇ, ਦੇਖੋ ਕਿ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੁਛ ਸ਼ਰਾਰਤੀ ਲੋਕ ਨੇ ਜਿਹੜੇ ਕਿ ਇੱਕ ਦੂਜੇ ਦੇ ਮੀਟਰ ਦੇ ਨਾਲ ਸ਼ੇਅਰ ਛਾੜ ਜਿਹੜੇ ਆ ਕਰ ਰਹੇ ਨੇ। ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਆ ਦੇਣ ਜਾ ਰਹੇ ਹਾਂ, ਬਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਓ। ਕੁਛ ਸ਼ਰਾਰਤੀ ਵਿਅਕਤੀ ਨੇ ਜਿਹੜੇ ਕਿ ਇੱਕ ਦੂਜੇ ਵਿਅਕਤੀ ਦੇ ਮੀਟਰ ਦੇ ਨਾਲ ਸ਼ਰਾਰਤਾਂ ਕਰ ਰਹੇ ਨੇ। ਦੇਖੋ ਕਿ ਨੰਬਰ 1 ਤੇ ਤੁਹਾਨੂੰ ਦੱਸ ਦਈਏ ਕਿ ਜੋ ਇਹ ਬੋਕਸ ਲੱਗਿਆ ਹੋਇਆ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਿੰਨੇ ਘਰਾਂ ਦੇ ਮੀਟਰ ਲੱਗੇ ਹੁੰਦੇ ਨੇ ਉਹ ਸਾਰਿਆਂ ਦਾ ਫਰਜ਼ ਬਣਦਾ, ਹੱਕ ਬਣਦਾ ਕਿ ਉਸ ਬੋਕਸ ਦੀ ਨਿਗਰਾਨੀ ਜਿਹੜੀ ਆ ਕੀਤੀ ਜਾਵੇ। ਅਸੀਂ ਆਪਣੀ ਰੋਜ਼ਾਨਾ ਲਾਈਫ ਦੇ ਵਿੱਚ ਆਪਣੇ ਘਰਾਂ ਦੇ ਕੰਮਾਂ ਵਿੱਚ ਇੰਨੇ ਕੁ ਜ਼ਿਆਦਾ ਬਿਜ਼ੀ ਹੋ ਜਾਂਦੇ ਹਾਂ ਕਿ ਅਸੀਂ ਆਪਣੇ ਜਿਹੜੇ ਬੋਕਸ ਲੱਗੇ ਨੇ ਮੀਟਰਾਂ ਵਾਲੇ ਉਹਨਾਂ ਵਾਲੇ ਜਾ ਕੇ ਇੰਨਾ ਧਿਆਨ ਨਹੀਂ ਦੇ ਪਾਉਂਦੇ। ਸਾਨੂੰ ਸਿਰਫ ਮਤਲਬ ਹੁੰਦਾ ਹੈ ਬਿਜਲੀ ਨਾਲ, ਜੇ ਕਦੋਂ ਬਿਜਲੀ ਨਹੀਂ ਆਉਂਦੀ ਜੇਕਰ ਦੂਸਰੇ ਘਰ ਵਿੱਚ ਆ ਰਹੀ ਹੁੰਦੀ ਹੈ ਫਿਰ ਅਸੀਂ ਉਸ ਬੋਕਸ ਦੇ ਲਾਗੇ ਜਾ ਕੇ ਖੜ੍ਹੇ ਹੁੰਦੇ ਹਾਂ। ਉਸ ਬੋਕਸ ਨੂੰ ਅਸੀਂ ਚੈੱਕ ਕਰਦੇ ਹਾਂ ਕਿ ਕਿਸੇ ਮੀਟਰ ਸੜ ਤਾਂ ਨਹੀਂ ਗਿਆ, ਕੋਈ ਤਾੜ ਤਾਂ ਹੀ ਕੋਈ ਛੇੜਛਾਣੀ ਤਾਂ ਨਹੀਂ ਕਰ ਗਿਆ। ਪਰ PSPCL ਵੱਲੋਂ ਤੁਹਾਨੂੰ ਦੱਸ ਦਈਏ ਕਿ ਹੁਣ ਜੋ ਮੀਟਰ ਰੀਡਿੰਗ ਕਰਨ ਆ ਰਹੇ ਨੇ ਵਿਅਕਤੀ ਉਹ ਦੱਸ ਰਹੇ ਹੈਗੇ ਨੇ ਕਿ ਜੇਕਰ ਇਸ ਨੂੰ ਲੋਕ ਲਗਾਇਆ ਜਾਂਦਾ, ਜੇਕਰ ਇੱਕ ਵਿਅਕਤੀ ਦੀ ਜ਼ਿੰਮੇਵਾਰੀ ਜਿਹੜੀ ਆ ਲਈ ਜਾਵੇਗੀ, ਇੱਕ ਇੱਕ ਮਹੀਨੇ ਦੇ ਵਿੱਚ ਇੱਕ ਇੱਕ ਵਿਅਕਤੀ ਜ਼ਿੰਮੇਵਾਰੀ ਲਵੇਗਾ, ਉਸ ਨੂੰ ਲੋਕ ਲਗਾ ਕੇ ਦਿੱਤਾ ਜਾਵੇਗਾ, ਠੀਕ ਹੈ ਜੀ। ਉਸ ਲੋਕ ਦੀ ਚਾਬੀ ਮੰਨ ਲਓ ਕਿ 5 ਘਰ ਨੇ ਅਤੇ ਪਹਿਲਾਂ ਇੱਕ ਘਰ ਰੱਖੇਗਾ, ਮਹੀਨਾ ਇੱਕ, ਫਿਰ ਦੂਜਾ ਘਰ, ਫਿਰ ਤੀਜਾ ਘਰ, ਫਿਰ ਚੌਥਾ ਘਰ, ਫਿਰ ਪੰਜਵਾਂ ਘਰ ਰੱਖੇਗਾ, ਤਾਂ ਜੋ ਕਿ ਇਸ ਮੀਟਰ ਦੇ ਵਿੱਚ ਕੋਈ ਹੋਰ ਵਿਅਕਤੀ ਆ ਕੇ ਛੇੜਖਾਨੀ ਨਾ ਕਰ ਸਕੇ। ਕਿਉਂਕਿ ਬਹੁਤ ਪਿੰਡਾਂ ਦੇ ਵਿੱਚ ਨੁਕਸਾਨ ਜਿਹੜਾ ਆ PSPCL ਨੂੰ ਮਿਲਿਆ, ਬਹੁਤ ਸਾਰੇ ਲੋਕਾਂ ਨੇ ਕਈਆਂ ਵੇਖਣ ਨੂੰ ਮਿਲਿਆ ਕਿ ਕਈਆਂ ਲੋਕਾਂ ਦੇ ਮੀਟਰ ਵੀ ਜਿਹੜੇ ਨੇ ਚੋਰੀ ਹੋ ਗਏ ਨੇ, ਠੀਕ ਹੈ ਜੀ। ਸੋ PSPCL ਵੱਲੋਂ ਇਹ ਹਦਾਇਤਾਂ ਜਿਹੜੀਆਂ ਨੇ ਜਾਰੀ ਕਰ ਦਿੱਤੀਆਂ ਨੇ। ਉਹਨਾਂ ਨੇ ਮੀਟਰ ਰੀਡਿੰਗ ਵਾਲਿਆਂ ਨੂੰ ਵੀ ਕਹਿ ਦਿੱਤਾ
ਕਿ ਜੇਕਰ ਕਿਸੇ ਦਾ ਬਾਕਸ ਜਿਹੜਾ ਖੁੱਲ੍ਹਾ ਮਿਲ ਰਿਹਾ ਤਾਂ ਕੋਸ਼ਿਸ਼ ਕਰੋ ਉਸ ਨੂੰ ਲੋਕ ਕੀਤਾ ਜਾਵੇ ਜਾਂ ਉਹਨਾਂ ਘਰਾਂ ਨੂੰ ਕਹਿ ਦਿੱਤਾ ਜਾਵੇ ਕਿ ਇਸ ਮੀਟਰ ਨੂੰ ਲੋਕ ਕਰੋ। ਲੋਕ ਜੇਕਰ ਟੁੱਟਦਾ ਤਾਂ ਉਸ ਦੀ ਕੰਪਲੇਂਟ ਜਿਹੜੀ ਹੈ ਤੁਸੀਂ PSPCL ਦਫ਼ਤਰ ਜਾ ਕੇ ਕਰਵਾਉਣੀ ਹੈ ਕਿ ਅਸੀਂ ਲੋਕ ਲਗਾਇਆ ਸੀ, ਕਿਸੇ ਨੇ ਤੋੜ ਦਿੱਤਾ। ਫਿਰ PSPCL ਦਾ ਡਿਪਾਰਟਮੈਂਟ ਆ ਕੇ ਉਸ ਨੂੰ ਚੈੱਕ ਕਰੇਗਾ। ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੇ PSPCL ਜਿਹੜੇ ਮੀਟਰ ਦੇ ਬਕਸੇ ਲੱਗੇ ਹੋਏ ਨੇ, ਜੇਕਰ ਇਹਨਾਂ ਦੇ ਸ਼ੀਸ਼ੇ ਟੁੱਟੇ ਹੋਏ ਨੇ ਜੋ ਕਵਰ ਕਰਕੇ ਰੱਖਦੇ ਨੇ, ਉਹਦੀ ਵੀ ਤੁਸੀਂ ਕੰਪਲੇਂਟ ਜਿਹੜੀ ਹੈ PSPCL ਦੇ ਦਫ਼ਤਰ ਜਾ ਕੇ ਕਰਾ ਸਕਦੇ ਹੋ। ਕਿਉਂਕਿ ਬਰਸਾਤਾਂ ਦਾ ਮੌਸਮ ਜਿਹੜਾ ਚੱਲ ਰਿਹਾ ਹੈਗਾ, ਬਾਰਿਸ਼ ਦੇ ਨਾਲ ਪਾਣੀ ਜਿਹੜਾ ਆ ਬਕਸੇ ਦੇ ਵਿੱਚ ਚਲਾ ਜਾਂਦਾ ਹੈਗਾ। ਜੇਕਰ ਸ਼ੀਸ਼ਾ ਹੋਏਗਾ ਉੱਪਰ ਲੱਗਿਆ ਤਾਂ ਬਕਸੇ ਦੇ ਵਿੱਚ ਪਾਣੀ ਨਹੀਂ ਜਾਵੇਗਾ। ਉਹਦੇ ਨਾਲ ਕੀ ਹੈ ਕਿ ਮੀਟਰ ਜਿਹੜੇ ਨੇ ਸਪਾਰਕਿੰਗ ਨਹੀਂ ਹੋਣਗੇ, ਸੜਨਗੇ ਨਹੀਂ, ਅਤੇ PSPCL ਨੂੰ ਵੀ ਕਿਸੇ ਵੀ ਤਰ੍ਹਾਂ ਦਾ ਘਾਟਾ ਜਿਹੜਾ ਨਹੀਂ ਪਵੇਗਾ ਅਤੇ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦਾ ਜੁਰਮਾਨਾ ਨਹੀਂ ਪਵੇਗਾ। ਕਿਉਂਕਿ ਜੇਕਰ ਮੀਟਰ ਸੜ ਜਾਂਦਾ ਹੈ ਜਾਂ ਕੁਛ ਵੀ ਹੋ ਜਾਂਦਾ ਹੈਗਾ, ਇੱਕ ਤੋਂ ਵੱਧ ਮੀਟਰ ਖਰਾਬ ਹੋ ਜਾਂਦੇ ਨੇ, ਤਾਂ ਉਹਦੀ ਸਿਕਿਉਰਿਟੀ ਜਿਹੜੀ ਆ ਤੁਹਾਨੂੰ ਹੀ ਦੇਣੀ ਪੈਂਦੀ ਆ। ਸੋ ਇਸ ਕਰਕੇ ਜਿਹੜੇ ਜਿੰਨੇ ਵੀ ਬਕਸੇ ਲੱਗੇ ਹੋਏ ਨੇ, ਭਾਵੇਂ ਸਿੰਗਲ ਬਕਸੇ ਲੱਗੇ ਹੋਏ ਨੇ ਜਾਂ ਵੱਡੇ ਬਕਸੇ ਲੱਗੇ ਹੋਏ ਨੇ ਜਿਹਨਾਂ ਵਿੱਚ 15 ਮੀਟਰ ਹੁੰਦੇ ਨੇ, ਕਈਆਂ 'ਚ 20 ਹੁੰਦੇ ਨੇ, ਕਈਆਂ 'ਚ 4 ਹੁੰਦੇ ਨੇ, ਕਈਆਂ 'ਚ 1 ਹੁੰਦਾ। ਸੋ ਇਹਨਾਂ ਦੀ ਨਿਗਰਾਨੀ ਕਰਨਾ ਜਿਹੜਾ ਆ ਆਮ ਨਾਗਰਿਕ ਦਾ ਫਰਜ਼ ਬਣਦਾ। ਇਹ ਨਿਗਰਾਨੀ ਜਿਹੜੀ ਆ ਤੁਹਾਨੂੰ ਹਰੇਕ ਬੰਦੇ ਨੂੰ ਕਰਨੀ ਹੋਵੇਗੀ। ਜੇਕਰ ਤੁਸੀਂ ਇਹ ਕੰਮ ਨਹੀਂ ਕਰਦੇ ਤਾਂ ਤੁਹਾਡੇ ਹੀ ਸਿਰ 'ਤੇ ਜਿਹੜਾ ਆ ਬੋਝ ਪਵੇਗਾ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਹਰੇਕ ਬੰਦੇ ਨੂੰ ਇਹ ਕੰਮ ਜ਼ਰੂਰ ਕਰਨਾ ਚਾਹੀਦਾ, PSPCL ਦਾ ਸਾਥ ਦੇਵੋ, ਕਿਉਂਕਿ ਤੁਹਾਨੂੰ ਸਰਕਾਰ 600 ਯੂਨਿਟਾਂ ਦਾ ਲਾਭ ਦੇ ਰਹੀ ਹੈ, ਤੁਸੀਂ ਵੀ ਸਰਕਾਰ ਦਾ ਸਾਥ ਦੇਵੋ। ਜਿੰਨਾ ਹੋ ਸਕੇ ਬਿਜਲੀ ਦੀ ਸੇਵਿੰਗ ਹੈ ਜਿਹੜੀ ਵੱਧ ਤੋਂ ਵੱਧ ਕਰੋ, ਮੀਟਰ ਖਰਾਬ ਹੋਣ ਤੋਂ ਬਚਾਵੋ, ਮੀਟਰ ਚੋਰੀ ਹੋਣ ਤੋਂ ਬਚਾਵੋ। ਧੰਨਵਾਦ।